अस्सलाम वालेकुम सारे वीरां नूं, जिवें कि असीं क्या ही अगली असीं तहकीक किसी होर कबीले ते उत्ते बनावांगे ते नवीं रिसर्च। हुण साडा टॉपिक है अवान कबीला ते उहदे ते असीं रिसर्च बनाई आ। पहले लोकां सानूं बड़ा सराहिया, उहनां कहा बहुत वधिया तुसीं कम कीता, सबूतां दे नाल तुसीं रिसर्च बनांदे हो। ते साडी जिहड़ी तहकीक आ उह साडा जाती मौकफ हुंदा, इस वजह तों उह हतमी फैसला नहीं हुंदा। साड़ी रिसर्च तारीख दे उत्ते तकनीकी तौर ते जायजा लैन तो बाद जो नतीजे निकलदे आ उंदे ते हुंदी आ। अवान जिहड़े आ इह अलवी आ, हज़रत अली दी औलाद आ। ते अवाना दे विच दो मुख्तलिफ किस्म दीआं सोचां ते राय हैगीआं, उहनां दा असीं तकनीकी ते इलमी जायजा लवांगे। ते उंदे विच बाकी वी जिहड़े मसले हैगे ने, गैर फितरी जिहड़ा आबादी च इजाफा, उह वी वेखांगे। ते अवान जिहड़े आ उह गैर फातमी अलवी मते हज़रत अली दी दूजीआं बेगमां चों औलाद आ, वह अवान आ। तो उनके उत्ते असीं तुहानूं टैक्नीकली विखाने कि किवें अलवी आ। असीं पहले जायजा लवांगे अवाना दे उत्ते, कुछ तहकीकां ते स्टडी की गई आ उन्हां दे DNA टैसट दे उत्ते। ते ए जिहड़ी आ इह मुख्तलिफ हज़ारा यूनिवर्सिटी पाकिस्तान च आ, इहदे ते वी आस्ट्रेलिया ते रशिया दे यूनिवर्सिटियां दे तामों नाल वी होई आ रिसर्च। ते अवाना दे जनैटिकली उन्हां ने जिहड़े जीन्स हुंदे आ, समझ लो विरासत आ, उन्हां नूं चैक कीता। DNA ਨੂੰ ਤੁਸੀਂ ਸਾਦਾ ਅਲਫਾਜ਼ 'ਚ ਇਹ ਸਮਝ ਲਓ, ਉਹਨਾਂ ਨੇ ਸਾਇੰਸ ਨਾਲ ਵੇਖਿਆ ਕਿ ਵਿਰਾਸਤੀ ਤੌਰ 'ਤੇ ਕਿਹੜੀ ਕੌਮ ਦੇ ਨਾਲ ਜ਼ਿਆਦਾ ਰਲਦੇ ਆ। ਇਸ ਮੁਸ਼ਾਹਦੇ ਦੇ ਵਿੱਚ ਉਹਨਾਂ ਨੇ ਚੰਦ ਜ਼ਾਤਾਂ ਲਈਆਂ, ਜਿਨ੍ਹਾਂ 'ਚ ਸੈਯਦ ਅਵਾਨ, ਤਨੌਲੀ, ਗੁੱਜਰ, ਕਰਲਾਰ, ਅਬਾਸੀ ਅਤੇ ਜਦੂਨ ਆ। ਉਹਨਾਂ ਜਦੋਂ DNA ਇਹਨਾਂ ਦੇ ਚੈੱਕ ਕੀਤੇ ਅਤੇ ਸੈਯਦ ਅਤੇ ਜਿਹੜੇ ਅਵਾਨ ਆ ਉਹ ਉਹਨਾਂ ਨੇ ਵੇਖਿਆ ਵਿਰਾਸਤੀ ਤੌਰ 'ਤੇ ਮਿਲਦੇ ਜੁਲਦੇ ਆ, ਉਹਨਾਂ ਨੂੰ ਉਹਨਾਂ ਨੇ ਇੱਕ ਕੈਟਾਗਰੀ 'ਚ ਪਾਇਆ। ਤਨੌਲੀ, ਗੁੱਜਰ ਅਤੇ ਕਰਲਾਰ ਜਿਹੜੇ ਆ ਉਹਨਾਂ ਨੂੰ ਇੱਕ ਕੈਟਾਗਰੀ 'ਚ ਪਾਇਆ, ਹਜ਼ਾਰਾਂ ਵਾਲੀ ਸਾਈਡ ਦੀਆਂ ਜ਼ਾਤਾਂ ਤਨੌਲੀ ਅਤੇ ਕਰਲਾਰ। ਅਬਾਸੀ ਅਤੇ ਜਦੂਨ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੇ ਇੱਕ ਕੈਟਾਗਰੀ 'ਚ ਪਾਇਆ ਕਿ ਇਹਨਾਂ ਦੋਨਾਂ ਦੇ ਆਪਸ 'ਚ ਜੀਨਸ ਰਲਦੇ ਆ। ਤਨੌਲੀ, ਗੁੱਜਰ ਅਤੇ ਕਰਲਾਰ ਦੇ ਆਪਸ 'ਚ ਰਲਦੇ ਆ ਅਤੇ ਸੈਯਦ ਅਤੇ ਅਵਾਨ ਆਪਸ 'ਚ ਰਲਦੇ ਆ। ਇਹਨਾਂ ਦੀ ਵਿਰਾਸਤੀ ਜੀਨਸ ਜਿਹੜੇ ਆ DNA ਆਪਸ 'ਚ ਰਲਦਾ। ਮੈਡੀਕਲੀ DNA ਟੈਸਟ 'ਤੇ ਇਹੀ ਸਾਬਤ ਕਰਦਾ ਕਿ ਜਿਹੜੇ ਅਵਾਨ ਆ ਉਹ ਅਲਵੀ ਆ। ਇਹਨਾਂ ਦੇ ਅਲਵੀ ਹੋਣ ਦਾ ਪਹਿਲਾ ਸਬੂਤ ਸੀ ਮੈਡੀਕਲੀ ਇਹਨਾਂ ਦਾ DNA ਜਿਹੜਾ ਸਹੀਤਾ ਨਾਲ ਰਲਦਾ, ਉਹਨਾਂ ਦਾ ਸੀਕੁਐਂਸ DNA ਦਾ, ਅਤੇ ਉਸ ਹਿਸਾਬ ਨਾਲ ਇਹ ਅਲਵੀ ਆ ਇਹਨਾਂ ਦੇ ਸੈਯਦ ਦੇ ਨੇੜੇ। ਦੂਜੇ ਪਾਸੇ ਵੇਖ ਲਓ DNA ਟੈਸਟ ਦੀਆਂ ਰਿਪੋਰਟਾਂ ਕਿ ਅਵਾਨ ਅਤੇ ਸੈਯਦ ਇੱਕ ਕੈਟਾਗਰੀ 'ਚ ਆ, ਅਤੇ ਤਨੌਲੀ, ਗੁੱਜਰ ਅਤੇ ਕਰਲਾਰ ਅਤੇ ਅਬਾਸੀ ਅਤੇ ਜਦੂਨ ਇੱਕ 'ਚ, ਅਤੇ ਇਸ ਹਿਸਾਬ ਨਾਲ ਇਹ ਲੋਕ ਅਲਵੀ ਹੀ ਸਾਬਤ ਹੁੰਦੇ ਆ। ਦੂਜਾ ਸਬੂਤ ਆ 1901 ਦੀ ਮਰਦਮਸ਼ੁਮਾਰੀ, ਤਾਦਾਦ ਇਹਨਾਂ ਦੀ ਅਤੇ ਮਜ਼ਹਬ ਅਤੇ ਇਲਾਕਾ ਅਸੀਂ ਵੇਖਾਂਗੇ, ਟੈਕਨੀਕਲੀ ਸਾਬਤ ਕਰਾਂਗੇ ਇਹਨਾਂ ਨੂੰ। ਉਹ ਤੁਸੀਂ ਵੇਖੋ ਅੱਜ ਤੋਂ 120 ਸਾਲ ਪਹਿਲਾਂ 1901 ਦੇ ਵਿੱਚ ਅਵਾਨਾਂ ਦੀ ਤਾਦਾਦ 7 ਲੱਖ ਦੇ ਕਰੀਬ ਆ ਅਤੇ ਸਾਰੇ ਮੁਸਲਮਾਨ ਆ, ਕੋਈ ਹਿੰਦੂ ਸਿੱਖ ਨਹੀਂ। ਬਾਕੀ ਜ਼ਾਤਾਂ ਦੇ ਵਿੱਚ ਹਿੰਦੂ ਸਿੱਖ ਜ਼ਰੂਰ ਆ, ਜਿਹੜੀਆਂ ਇੱਥੋਂ ਦੀਆਂ ਹਿੰਦੁਸਤਾਨ ਦੀਆਂ ਜੱਤੀ ਜ਼ਾਤਾਂ। ਅਤੇ ਮਰਦਮਸ਼ੁਮਾਰੀ ਬੜਾ ਵੱਡਾ ਸਬੂਤ ਆ, ਉਦੋਂ ਲੋਕ ਸੱਚੇ ਹਨ, ਆਪਣੀ ਜਿਹੜੀ ਜ਼ਾਤ ਹੁੰਦੀ ਸੀ ਲਿਖਾਉਂਦੇ ਸਨ, ਅਤੇ ਜਿਹੜਾ ਕਬੀਲਾ ਹੁੰਦਾ ਸੀ ਲਿਖਦੇ ਵੀ ਸਨ। ਅੱਜ ਕੱਲ੍ਹ ਜਾਅਲੀ ਅਵਾਨ ਵੀ ਹਿੰਦੂ ਵਗੈਰਾ ਬਣੇ ਆ, ਲੇਕਿਨ 1901 'ਚ ਲੋਕ ਸੱਚੇ ਸਨ। ਬਹਰਹਾਲ 1901 ਤੋਂ ਅਵਾਨ ਜਿਹੜੇ 800 ਸਾਲ ਪੁਰਾਣੇ ਬੰਦੇ ਆ, ਅਤੇ ਉਸ ਹਿਸਾਬ ਨਾਲ ਇਹਨਾਂ ਦੀ ਤਾਦਾਦ ਜਿਹੜੀ ਆ 7 ਲੱਖ ਦੇ ਕਰੀਬ ਆ, ਜਿਹੜੀ ਇਸ ਗੱਲ ਦੀ ਸ਼ਹਾਦਤ ਦਿੰਦੀ ਆ ਕਿ ਹਜ਼ਰਤ ਕੁਤਬ ਸ਼ਾਹ ਦੀਆਂ ਛਾਤੀਆਂ ਜਿਹੜੀਆਂ ਹਨ ਉਹ 1 ਤੋਂ ਜ਼ਿਆਦਾ ਸਨ, ਅਤੇ ਉਹਨਾਂ ਦੀ ਔਲਾਦ ਜਿਹੜੀ ਇਹ ਕਾਫੀ ਜ਼ਿਆਦਾ ਸੀ, ਅਤੇ ਉਹਨਾਂ ਦੀ 1 ਤੋਂ ਜ਼ਿਆਦਾ ਛਾਤੀਆਂ ਸਨ। ਇਹ ਵੀ ਇਸ ਗੱਲ ਦਾ ਸਬੂਤ ਆ ਕਿ ਅਵਾਨ 7 ਲੱਖ ਆ, ਅਗਰ 1 ਛਾਤੀ ਹੋਵੇ ਤਾਂ 800 ਸਾਲ 'ਚ ਇੰਨੀ ਔਲਾਦ ਨਹੀਂ ਹੋਣੀ ਚਾਹੀਦੀ। ਨਾਲ ਉੱਤੇ ਤੁਸੀਂ ਮਲਕ ਦਾ ਟਾਈਟਲ ਵੇਖ ਲਓ, ਇਹ ਅਰਬੀ ਦਾ ਲਫਜ਼ ਆ, ਮਾਲਿਕ ਤੋਂ ਮਲਕ ਨਿਕਲਿਆ। 67,000 ਰਹਿ ਗਏ ਆ, ਅਤੇ ਉਹ ਵੀ ਸਾਰੇ ਮੁਸਲਮਾਨ ਆ, ਉਹਨਾਂ 'ਚ ਵੀ ਕੋਈ ਹਿੰਦੂ ਸਿੱਖ ਨਹੀਂ। ਜਿਨ੍ਹਾਂ ਨੇ ਵੀ ਮਲਕ ਦਾ ਲਫਜ਼ ਲਾਇਆ ਆਪਣੇ ਨਾਲ 1901 'ਚ, 120 ਸਾਲ ਪਹਿਲਾਂ, ਉਹ ਸਾਰੇ ਮੁਸਲਮਾਨ ਆ। 1901 ਦੇ ਵਿੱਚ ਤੁਸੀਂ ਵੇਖੋ ਉਹਨਾਂ ਦੀ ਆਬਾਦੀ ਜਿਹੜੀ ਆ ਸੂਬੇ ਦੇ ਲਿਹਾਜ਼ ਨਾਲ, ਪਹਿਲੇ ਹੱਥ ਪੰਜਾਬ 'ਚ ਸਨ ਜ਼ਿਆਦਾ, ਦੂਜੇ ਹੱਥ ਕਸ਼ਮੀਰ 'ਚ ਅਤੇ ਤੀਜੇ ਹੱਥ ਬਲੋਚਿਸਤਾਨ 'ਚ। ਉਸ ਦੌਰ 'ਚ ਲਗਭਗ 17 ਦੇ ਕਰੀਬ ਸੂਬੇ ਸਨ, ਅਤੇ ਅਵਾਨ ਜਿਹੜੇ ਆ ਉਹ ਜ਼ਿਆਦਾਤਰ ਪੰਜਾਬ, ਕਸ਼ਮੀਰ ਅਤੇ ਬਲੋਚਿਸਤਾਨ 'ਚ। ਹੁਣ ਤੁਹਾਨੂੰ ਵਿਖਾਉਂਦੇ ਹਾਂ ਹਿੰਦੁਸਤਾਨ ਦੀਆਂ ਜਿਹੜੀਆਂ ਜੱਤੀ ਜ਼ਾਤਾਂ, ਤਾਂ ਕਿ ਤੁਹਾਨੂੰ ਗੱਲ ਪੂਰੀ ਤਰ੍ਹਾਂ ਕਲੀਅਰ ਹੋ ਜਾਏ ਅਰਬ ਜ਼ਾਤਾਂ ਅਤੇ ਹਿੰਦੁਸਤਾਨ ਦੀਆਂ ਜ਼ਾਤਾਂ 'ਚ ਫ਼ਰਕ। ਇਹ ਜੱਤੀ ਜ਼ਾਤਾਂ ਦੇ ਵਿੱਚ ਤੁਸੀਂ ਵੇਖ ਲਓ ਕਿੰਨੀ ਜ਼ਿਆਦਾ ਤਾਦਾਦ 'ਚ ਆ ਇਹ ਜ਼ਾਤਾਂ ਇੱਥੇ ਦੀਆਂ ਜੱਤੀ ਆ। ਜੱਟ ਜਿਹੜੇ ਆ ਉਹ 70 ਲੱਖ, ਅਤੇ ਜਿਹੜੇ ਰਾਜਪੂਤ ਆ ਉਹ 97 ਲੱਖ ਤੋਂ ਵੀ ਉੱਤੇ ਆ, ਅਤੇ ਮਤਲਬ 1 ਕਰੋੜ ਦੇ ਕਰੀਬ ਆ ਦੋਵੇਂ ਆ, ਜੱਟ ਅਤੇ ਰਾਜਪੂਤ। ਅਤੇ ਗੁੱਜਰ ਜਿਹੜੇ ਆ ਉਹ 21 ਲੱਖ ਆ, ਅਤੇ ਉਹਨਾਂ 'ਚ ਹਿੰਦੂਆਂ ਦੀ ਤਾਦਾਦ ਵੇਖ ਲਓ, ਜੱਟਾਂ ਦੇ ਵਿੱਚ 33 ਲੱਖ ਦੇ ਕਰੀਬ ਹਿੰਦੂ ਆ, ਅਤੇ ਸਿੱਖ ਵੀ ਬੜੇ ਆ।
ਰਾਜਪੂਤਾਂ 'ਚ ਵੀ ਤੁਸੀਂ ਹਿੰਦੂਆਂ ਦੀ ਤਾਦਾਦ ਵੇਖ ਲਓ ਕਿੰਨੀ ਜ਼ਿਆਦਾ, ਅਤੇ ਸਿੱਖ ਵੀ ਬੜੇ ਆ, ਮੁਸਲਮਾਨ ਵੀ ਆ, ਅਤੇ ਥੱਲੇ ਗੁੱਜਰ 'ਚ ਵੀ ਇਹੀ ਵੇਖ ਲਓ ਕਿੰਨੀ ਜ਼ਿਆਦਾ ਤਾਦਾਦ ਆ, ਅਤੇ ਹਿੰਦੂ ਸਿੱਖ ਵਿੱਚ ਕਿੰਨੇ ਆ। ਉਹਦੇ ਬਰਕਸ ਅਵਾਨ ਸਿਰਫ 7 ਲੱਖ ਆ, ਅਤੇ ਜੱਦੀ ਜ਼ਾਤਾਂ ਦੀ ਤਾਦਾਦ ਬਹੁਤ ਜ਼ਿਆਦਾ। ਨਾਲੇ ਉਹਨਾਂ ਦੀ ਸੂਬੇ ਦੇ ਹਿਸਾਬ ਨਾਲ ਵੀ ਤਾਦਾਦ ਵੇਖ ਲਓ, ਉਹ ਸਾਰੇ ਸੂਬਿਆਂ 'ਚ ਵੀ ਵਾਹ ਵਾਹ। ਇਹ ਹੁਣ ਅਸੀਂ ਅਵਾਨਾਂ ਦੇ ਵਿੱਚ ਦੋ ਮੁਖਤਲਿਫ ਰਾਏ ਦੇ ਉੱਤੇ ਗੱਲ ਕਰਾਂਗੇ। ਪਹਿਲੀ, ਹਜ਼ਰਤ ਅਬਾਸ ਅਲਮਦਾਰ ਨਾਲ ਸ਼ਜਰਾ ਮਿਲਦਾ ਉਹਨਾਂ ਦਾ, ਅਤੇ ਉਹ ਵੀ ਹਜ਼ਰਤ ਅਲੀ ਦੀ ਔਲਾਦ ਆ, ਗੈਰ ਫਾਤਮੀ। ਅਤੇ ਦੂਜਾ ਹਜ਼ਰਤ ਮੁਹੰਮਦ ਇਬਨੇ ਹਨਫੀਆ ਦੇ ਨਾਲ, ਉਹ ਵੀ ਹਜ਼ਰਤ ਅਲੀ ਦੀ ਗੈਰ ਫਾਤਮੀ ਔਲਾਦ ਆ। ਦੋਨਾਂ ਸੂਰਤਾਂ ਦੇ ਵਿੱਚ ਅਵਾਨ, ਦੋਨਾਂ ਸੂਰਤਾਂ 'ਚ ਅਵਾਨ ਹਜ਼ਰਤ ਅਲੀ ਦੀ ਔਲਾਦ ਆ ਅਤੇ ਅਲਵੀ ਆ। ਅਵਾਨ ਕੌਮ ਦਾ ਅਲਵੀ ਹੋਣਾ ਤਾਂ ਸਾਬਤ ਹੈਗਾ, ਲੇਕਿਨ ਦੋਨੇ ਜਿਹੜੇ ਮੌਕਫ ਆ ਆਪਣੀ ਆਪਣੀ ਜਗ੍ਹਾ ਤੋਂ ਵੀ ਬੜੇ ਵਜ਼ਨੀ ਆ। 1901 ਦੇ ਵਿੱਚ 7 ਲੱਖ ਦੇ ਕਰੀਬ ਜਿਹੜੀ ਅਵਾਨਾਂ ਦੀ ਤਾਦਾਦ ਆ, ਉਹ ਦੱਸਦੀ ਆ ਕਿ ਹਜ਼ਰਤ ਕੁਤਬ ਸ਼ਾਹ ਦੀਆਂ 1 ਤੋਂ ਜ਼ਿਆਦਾ ਸ਼ਾਦੀਆਂ ਹਨ, ਅਤੇ ਉਹਨਾਂ ਦੇ ਸਿਰਫ 2 ਬੇਟੇ ਨਹੀਂ ਹਨ। ਇਹ ਵੀ ਇਸ ਗੱਲ ਦਾ ਸਬੂਤ ਆ। ਕਿਹਾ ਜਾਂਦਾ ਕਿ 100 ਸਾਲ ਪਹਿਲਾਂ 80% ਲੋਕ ਕਬੀਲਾ ਨਹੀਂ ਸੀ ਬਦਲਦੇ, ਸੱਚ ਬੋਲਦੇ ਸਨ। ਜੋ ਕੋਈ ਉਹ ਕੋਈ ਹੁੰਦਾ ਸੀ ਉਹ ਕਹਿੰਦਾ ਸੀ, ਲਿਖਦਾ ਸੀ ਅਤੇ ਦੱਸਦਾ ਸੀ। ਇਸ ਵਜ੍ਹਾ ਤੋਂ ਇਹ 1901 ਦੀ ਮਰਦਮਸ਼ੁਮਾਰੀ ਨਾਲ ਬੜੇ ਸਬੂਤ ਆ। ਦੋਨੋਂ ਮੌਕਫ ਆਪਣੀ ਆਪਣੀ ਜਗ੍ਹਾ ਬੜੇ ਤਕੜੇ ਆ, ਅਤੇ ਦੋਨਾਂ ਕੋਲ ਸ਼ਜਰੇ ਵੀ ਪਏ ਆ। ਬਾਕੀ ਔਲਾਦ ਸਾਰਿਆਂ ਦੀ ਸੇਮ ਆ, ਉਹਨਾਂ ਦੀਆਂ ਬੀਵੀਆਂ ਅਤੇ ਉਹਨਾਂ ਦੇ ਬੇਟੇ। ਬਸ ਇੱਕ ਸਾਈਡ ਦਾ ਸ਼ਜਰਾ ਜਿਹੜਾ ਹਜ਼ਰਤ ਇਬਨੇ ਹਜ਼ਰਤ ਅਲੀ ਅਲੈ ਸਲਾਮ ਦੇ ਬੇਟੇ ਅਬਾਸ ਨਾਲ ਮਿਲਦਾ, ਅਤੇ ਦੂਸਰਿਆਂ ਦਾ ਹਜ਼ਰਤ ਅਲੀ ਦੇ ਬੇਟੇ ਮੁਹੰਮਦ ਹਨਫੀਆਂ ਨਾਲ ਮਿਲਦਾ। ਅਗਰ ਪੁਰਾਣੇ ਸ਼ਜਰਿਆਂ ਦੇ ਹਿਸਾਬ ਨਾਲ ਵੇਖੀਏ ਤਾਂ ਹਜ਼ਰਤ ਅਬਾਸ ਵਾਲਾ ਜਿਹੜਾ ਮੌਕਫ ਆ, ਉਹਨਾਂ ਕੋਲ ਇੰਤਹਾਈ ਕਦੀਮੀ ਸ਼ਜਰੇ ਆ। ਤਕਨੀਕੀ ਤੌਰ 'ਤੇ ਵੇਖਿਆ ਜਾਏ ਤਾਂ ਮੁਹੰਮਦ ਹਨਫੀਆ ਵਾਲੇ ਜਿਹੜਾ ਮੌਕਫ ਆ ਆਪਣੀ ਜਗ੍ਹਾ ਵਜ਼ਨ ਰੱਖਦਾ, ਇਹਨਾਂ ਕੋਲ ਵੀ ਬੜੇ ਕਦੀਮ ਸ਼ਜਰੇ ਵੀ ਆ, ਅਤੇ ਤਕਨੀਕੀ ਤੌਰ 'ਤੇ ਵੀ ਇਹਨਾਂ ਦਾ ਮੌਕਫ ਵਜ਼ਨੀ ਆ। ਅਤੇ ਸਾਡੇ ਮੁਤਾਬਿਕ ਇਹ 50-50 ਆ, ਅੱਧੋ ਅੱਧਾ। ਮਗਰ ਅਲਵੀ ਹੋਣਾ ਦੋਨਾਂ ਤਰ੍ਹਾਂ ਇਹਨਾਂ ਦਾ ਸਾਬਤ ਹੈ, ਇਹ ਗੱਲ ਤਾਂ ਪੱਕੀ ਆ, ਇਹ ਲੋਕ ਅਰਬ ਆ ਅਤੇ ਅਲਵੀ ਆ। ਬਾਕੀ ਇਹਦੇ 'ਚ ਅਜੇ ਮਜ਼ੀਦ ਤਹਿਕੀਕ ਦੀ ਜ਼ਰੂਰਤ ਆ। ਮਸਲਾ ਮੌਜੂਦਾ ਦੌਰ 'ਚ ਗੈਰ ਫਿਤਰੀ ਅਜ਼ਾਫਾ ਆਬਾਦੀ ਦੇ ਵਿੱਚ, ਅਤੇ ਇਹ ਮਸਲਾ ਜਿਹੜਾ ਅੱਜ ਕੱਲ੍ਹ ਦੇ ਦੌਰ 'ਚ ਹਰ ਇੱਕ ਜ਼ਾਤ ਨੂੰ ਹੀ ਤਕਰੀਬਨ ਹੈਗਾ। ਜਿਹਦੇ ਸਾਰਿਆਂ ਨਾਲ ਜ਼ਿਆਦਾ ਮੁਤਾਸਰ ਜਿਹੜੇ ਹੋਏ ਆ ਉਹ ਸੱਯਦ ਆ, ਅਲਵੀ ਆ ਅਤੇ ਰਾਜਪੂਤ ਆ ਅਤੇ ਜਾਟ ਆ। ਇਹ ਸ਼ਰ੍ਹਾ ਆਬਾਦੀ ਤੁਸੀਂ ਵੇਖੋ, ਪਾਕਿਸਤਾਨ ਦੀ 1951 ਦੇ ਵਿੱਚ 3.5 ਕਰੋੜ ਸੀ। ਆ ਪਾਕਿਸਤਾਨ ਬੰਗਲਾਦੇਸ਼ ਤੋਂ ਅਲੈਦਾ ਜਿਹੜਾ ਇੱਧਰ ਵਾਲਾ ਹਿੱਸਾ, ਅਤੇ ਪਾਕਿਸਤਾਨ ਦੀ ਆਬਾਦੀ 2021 ਦੇ ਵਿੱਚ 22.5 ਕਰੋੜ ਆ। ਪਿਛਲੇ ਕੋਈ 100 ਸਾਲ ਦੇ ਵਿੱਚ ਤਾਰੀਖੀ ਇਜ਼ਾਫਾ ਹੋਇਆ ਪਾਕਿਸਤਾਨ ਦੀ ਸ਼ਰ੍ਹਾ ਆਬਾਦੀ ਦੇ ਵਿੱਚ ਅਤੇ ਹਿੰਦੁਸਤਾਨ ਦੀ। ਇਸ ਵਜ੍ਹਾ ਤੋਂ ਇਹ ਮਸਲਾ ਹੋਣਾ ਚਾਹੀਦਾ। ਮਸਲਾ ਚੌਹਾਨ ਖੋਖਰ, ਇਹਨਾਂ ਦੀ ਬੁਨਿਆਦੀ ਫ਼ਰਕ ਕੀ ਹੈ ਇਹਨਾਂ ਦੋਨਾਂ ਮਸਲਿਆਂ ਦੇ ਵਿੱਚ, ਇਹ ਜਿਹੜਾ ਅਵਾਨਾਂ ਦੇ ਸ਼ਜਰੇ 'ਚ ਹੈਗਾ, ਇਹ ਤੁਹਾਨੂੰ ਦੱਸਣੇ ਆ। ਚੌਹਾਨ ਅਤੇ ਖੋਖਰ ਵਾਲਾ ਮਸਲਾ, ਚੌਹਾਨ ਜਿਹੜੇ ਆ ਇੱਕ ਰਾਜਪੂਤ ਸ਼ਾਹੀ ਖਾਨਦਾਨ ਆ ਅਤੇ ਹਿੰਦੁਸਤਾਨ ਦਾ, ਜਿਹਦੀ ਹਕੂਮਤ ਰਾਜਸਥਾਨ ਅਤੇ ਉਹਦੇ ਇਰਦ ਗਿਰਦ ਦੇ ਇਲਾਕਿਆਂ 'ਚ ਰਹੀ, ਅਤੇ ਇਹਨਾਂ 'ਤੇ ਰਾਜਪੂਤ ਹੋਣ 'ਚ ਕੋਈ ਦੋ ਰਾਏ ਨਹੀਂ ਹੈਗੀਆਂ। ਇਹ ਪੱਕੇ ਜਿਹੜੇ ਆ ਤਸਲੀਮ ਸ਼ੁਦਾ ਰਾਜਪੂਤ ਹੀ ਆ, ਅਤੇ 1300 ਸਾਲ ਪੁਰਾਣੀ ਇਹਨਾਂ ਦੀ ਤਾਰੀਖ ਆ। ਇਹ ਸ਼ਾਹੀ ਖਾਨਦਾਨ ਸੀ ਇੱਕ ਚੌਹਾਨ। ਹੁਣ ਦੇ ਬਰਕਸ ਜਿਹੜੇ ਖੋਖਰ ਆ ਉਹਨਾਂ ਦਾ ਮਾਮਲਾ ਅਲੈਦਾ, ਅਤੇ ਚੌਹਾਨ ਜਿਹੜੇ ਆ ਉਹ ਬਿਲਕੁਲ ਪੱਕੇ ਰਾਜਪੂਤ ਆ, ਅਤੇ ਇਹਨਾਂ ਦੇ ਸ਼ਜਰੇ ਦੇ ਵਿੱਚ ਅਵਾਨਾਂ ਦੇ ਇਹਦੇ ਨਾਲ ਮਿਲਦਾ ਜੁਲਦਾ ਲਫਜ਼ ਹੈਗਾ, ਉਹਦੀ ਵਜ੍ਹਾ ਤੋਂ ਇਖਤਲਾਫ ਬਣਦਾ। ਉਹਦੇ 'ਤੇ ਵੀ ਅਸੀਂ ਤਹਿਕੀਕ ਟੈਕਨੀਕਲੀ ਤੁਹਾਨੂੰ ਵਿਖਾਉਂਦੇ ਹਾਂ। ਇਹਦੇ ਬਰਕਸ ਖੋਖਰਾਂ ਨੂੰ ਵੇਖੋ, ਅਤੇ ਉਹਨਾਂ ਦੇ ਰਾਜਪੂਤ ਅਤੇ ਜੱਟੋਂ 'ਚ ਬਹੁਤ ਆਜ਼ਾਦ ਆ, ਅਤੇ ਅਵਾਨਾਂ ਅਤੇ ਖੋਖਰਾਂ 'ਚ ਜੀਓਗ੍ਰਾਫੀਆਈ ਮਜ਼ਬੀ ਅਤੇ ਤਾਦਾਦ ਦੀ ਵਾਹਵਾ ਮਮਾਸਲਤ ਆ 1901 ਦੇ ਮਰਦਮਸ਼ੁਮਾਰੀ ਦੇ ਵਿੱਚ ਵੀ। ਪੁਰਾਣੀਆਂ ਕਿਤਾਬਾਂ ਅਤੇ ਪੁਰਾਣੀਆਂ ਮਰਦਮਸ਼ੁਮਾਰੀਆਂ ਦੇ ਹਿਸਾਬ ਨਾਲ ਖੋਖਰ ਜਿਹੜੇ ਆ ਉਹ ਮੁਸਲਮਾਨ ਕਬੀਲਾ ਅਤੇ ਹਿੰਦੂ ਖੋਖਰ ਦਾ ਵਜੂਦ ਨਹੀਂ ਸਾਬਤ ਹੁੰਦਾ, ਨਾ 1100 ਤੋਂ ਪਹਿਲੇ ਲਫਜ਼ ਖੋਖਰ ਦਾ ਵਜੂਦ ਸਾਬਤ ਹੁੰਦਾ, ਅਤੇ ਇਸ ਹਿਸਾਬ ਨਾਲ ਇਹ ਮੁਸਲਮਾਨ ਕਬੀਲਾ ਹੀ ਮਲੂਮ ਹੁੰਦਾ। ਅਤੇ ਇਹਨਾਂ ਦਾ ਜੱਦੀ ਹਿੰਦੁਸਤਾਨੀ ਕੌਮ ਹੋਣ 'ਚ ਵੀ ਤਜ਼ਾਦ ਹੈਗਾ ਕਾਫੀ। ਅਤੇ ਜਿਹੜੇ ਖੋਖਰ ਆ ਬਾਜ਼ ਲੋਕ ਇਹਨਾਂ ਨੂੰ ਈਰਾਨ ਤੋਂ ਆਏ ਹੋਏ ਵੀ ਕਹਿੰਦੇ ਆ। ਖੋਖਰ ਟੋਪਿਕ ਦੇ ਉੱਤੇ ਅਸੀਂ ਡਿਟੇਲ ਨਾਲ ਚੈਨਲ 'ਤੇ ਸਾਡੇ ਵੀਡੀਓਜ਼ ਪਈਆਂ ਨੇ, ਤੁਸੀਂ ਉਹ ਵੇਖ ਸਕਦੇ ਹੋ। ਖੋਖਰ ਲਫਜ਼ ਕਿਸੇ ਜ਼ਬਾਨ ਦਾ ਨਹੀਂ ਹੈਗਾ, ਤੁਸੀਂ ਡਿਟੇਲ ਨਾਲ ਸਾਡੇ ਚੈਨਲ 'ਚ ਤੁਹਾਨੂੰ ਇਸ ਟੋਪਿਕ 'ਤੇ ਵੀਡੀਓ ਮਿਲ ਜਾਂਦੀ ਆ। ਹੁਣ ਅਸੀਂ ਵਾਪਸ ਆਪਣੇ ਟੋਪਿਕ ਮਸਲਾ ਚੌਹਾਨ 'ਤੇ ਆਉਂਦੇ ਹਾਂ। ਚੌਹਾਨ ਲਫਜ਼ ਦੇ ਵਿੱਚ ਤਜ਼ਾਦ ਅਵਾਨ ਸ਼ਜਰਿਆਂ ਦੇ ਵਿੱਚ, ਅਤੇ ਤਕਨੀਕੀ ਤੌਰ 'ਤੇ ਵੀ ਆ ਲਫਜ਼ 'ਚ ਤਜ਼ਾਦ ਮਲੂਮ ਹੁੰਦਾ। ਕਿਤੇ ਚਾਹਾਨ ਆਇਆ, ਕਿਤੇ ਚਾਹਨ ਆਇਆ, ਕਿਤੇ ਚੂਹਾਨ ਆਇਆ, ਕਿਤੇ ਚੁਹਾਨ ਆਇਆ ਇਹ ਲਫਜ਼, ਅਤੇ ਇਹ ਲਫਜ਼ 'ਚ ਗੜਬੜ ਹੈਗੀ। ਜਿਹੜਾ ਚੌਹਾਨ ਸ਼ਾਹੀ ਖਾਨਦਾਨ ਆ ਇਹਦੀ ਹੁਕਮਰਾਨੀ 6ਵੀਂ ਸਦੀ ਤੋਂ 12ਵੀਂ ਸਦੀ ਤੱਕ ਰਹੀ ਆ, ਅਤੇ ਇਹਦਾ ਇਲਾਕਾ ਰਾਜਸਥਾਨ ਅਤੇ ਦੇ ਇਰਦ ਗਿਰਦ ਦਾ ਬੰਦਾ, ਜਦੋਂ ਕਿ ਹਜ਼ਰਤ ਕੁਤਬ ਸ਼ਾਹ ਦਾ ਜਿਹੜਾ ਇਲਾਕਾ ਅਤੇ ਪੜਾਓ ਆ ਉਹ ਮੁਖਤਲਿਫ ਆ, ਉਹ ਰਾਜਸਥਾਨ ਵੱਲ ਨਹੀਂ ਆਉਂਦਾ। ਤੁਸੀਂ ਸਕਰੀਨ 'ਤੇ ਨਕਸ਼ਾ ਵੇਖ ਸਕਦੇ ਹੋ ਚੌਹਾਨ ਹਕੂਮਤ ਦਾ। ਤੁਸੀਂ ਅਕਸਰ ਸ਼ਜਰਿਆਂ ਦੇ ਵਿੱਚ ਲਫਜ਼ 'ਚ ਮੁਖਤਲਿਫ ਹੈਗਾ, ਤਜ਼ਾਦ ਹੈਗਾ, ਕਿਤੇ ਚਾਹਨ ਆਇਆ,
ਕਿਤੇ ਚੌਹਾਨ ਅਤੇ ਕਿਤੇ ਚੌਹਾਨ ਅਤੇ ਕਿਤੇ ਚਾਹਾਨ ਆਇਆ। ਇਹਦਾ ਜਾਇਜ਼ਾ ਲੈਂਦੇ ਹਾਂ ਤਕਨੀਕ। ਚਾਹਾਨ ਜਿਹੜਾ ਲਫਜ਼ ਆ ਉਹ ਈਰਾਨ ਦੇ ਇਲਾਕਿਆਂ 'ਚ ਮੌਜੂਦ ਆ। ਇਸ ਨਾਂ ਦੇ ਇਰਾਨ 'ਚ ਤਿੰਨ ਗਾਓਂ ਆ, ਸਦਾ ਚਾਹਾਨ, ਸਾ ਚਾਹਾਨ ਅਤੇ ਚਾਹਾਨ। ਚਾਹਨ ਜਿਹੜਾ ਲਫਜ਼ ਜਾਂ ਲਕਬ ਆ ਇਹਦਾ ਮਤਲਬ ਹੁੰਦਾ ਸੁਪਰ, ਮਤਲਬ ਗੈਰ ਮਾਮੂਲੀ ਕਹਿ ਲਓ ਤੁਸੀਂ। ਇਹ ਲਕਬ ਹਿੰਦੀ ਮਲੂਮ ਹੁੰਦਾ ਅਤੇ ਹਿੰਦੀ ਜ਼ਬਾਨ ਦਾ। ਅਤੇ ਚਾਹਨ ਨਾਮੀ ਇੱਕ ਰਾਵਲਪਿੰਡੀ 'ਚ ਜਗ੍ਹਾ ਵੀ ਹੈਗੀ ਆ ਅਤੇ ਇਹ ਲਫਜ਼ 'ਚ ਤਜ਼ਾਦ ਆ ਸਾਡੇ ਮੁਤਾਬਿਕ। ਚੌਹਾਨ ਜਿਹੜਾ ਲਫਜ਼ ਆ ਉਹ ਫਾਰਸੀ ਦਾ ਲਕਬ ਆ ਜਿਹਦਾ ਮਤਲਬ ਖੂਬਸੂਰਤ ਹੁੰਦਾ, ਲੇਕਿਨ ਇਹ ਮੋਨਸ ਵਾਸਤੇ ਇਸਤੇਮਾਲ ਹੁੰਦਾ। ਅਤੇ ਸਾਡੇ ਮੁਤਾਬਿਕ ਚੌਹਾਨ ਜਿਹੜਾ ਰਾਜਪੂਤ ਸ਼ਾਹੀ ਖਾਨਦਾਨ ਇਹਦੇ ਨਾਲ ਕੋਈ ਰਵਾਬਿਤ ਨਹੀਂ ਨਜ਼ਰ ਆਉਂਦੇ। ਲੇਕਿਨ ਛੱਜਰਿਆਂ ਚੌਹਾਨ ਵੀ ਲਿਖਿਆ, ਲੇਕਿਨ ਟੈਕਨੀਕਲੀ ਇਹਦਾ ਕੋਈ ਮਤਲਬ ਕਿ ਸਬੂਤ ਨਹੀਂ ਮਿਲਦਾ ਚੌਹਾਨ ਦਾ ਹੋਣਾ। ਸ਼ੁਕਰੀਆ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਜ਼ੀਦ ਜ਼ਾਤਾਂ ਦੇ ਉੱਤੇ ਤੁਸੀਂ ਟੈਕਨੀਕਲ ਵੀਡੀਓ ਵੇਖਣੀ ਹੈ ਅਤੇ ਅਗਲੀ ਵੀਡੀਓ ਅਸੀਂ ਕਿਸੇ ਹੋਰ ਕਬੀਲੇ ਦੇ ਉੱਤੇ ਬਣਾਵਾਂਗੇ। ਕਮੈਂਟ ਦੇ ਵਿੱਚ ਤੁਸੀਂ ਡਿਮਾਂਡ ਲਿਖ ਸਕਦੇ ਹੋ ਕਿ ਫਲਾਣੇ ਕਬੀਲੇ 'ਤੇ ਬਣਾ ਦਿਓ ਜਾਂ ਤੁਹਾਨੂੰ ਆਪਣੇ ਕਿਸੇ ਕਬੀਲੇ 'ਤੇ ਬਣਵਾਉਣੀ ਆ। ਅੱਲਾ ਹਾਫਿਜ਼।